ਬੰਧੀ ਬਲਾਉਣੇ ਬਲਾਉਣੇ ਜਿਹਨਾਂ ਹਾਇ ਕੀਤੀ ਨੌਕਰ ਸੇ ਨੌਕਰ ਸੱਤਵੀਂ ਦਰੀ ਰਹੀ ਲਾ ਸਫ਼ਰ ਚ ਬਾਬਜੀ ਅੱਠਵੀਂ ਦਰੀ ਐਲਾਨ ਹੋਈ 30,000 ਫੌਜ ਦਾ ਦਸਤਾ ਆ ਗਏ ਹਰ ਕੇ ਸੁਣੇ ਅਕਬਰ ਦੇ ਬਾਬੇ ਸੁਣੇ ਵਾਤੇ ਲਾਨ 20,000 ਫੌਜ ਆ ਗਈ ਹਰ ਕੇ ਸੁਣੇ ਅਕਬਰ ਦੇ ਬਾਬੇ ਸੁਣੇ ਵਾਤੇ ਲਾਨ 3,000 ਫੌਜ ਦਾ ਦਸਤਾ ਆ ਗਏ ਜਿਹੜੇ ਮੋਮਿਨ ਦੀ ਮਿਹਨਤ ਕੀਤੀ ਤੇ ਜਾਣ ਤੱਕ ਉਹ ਹੈ ਨਹੀਂ ਕਰ ਸੰਗਾ 3,000 ਦਾ ਨਾਮ ਹੈ ਹੁਸੈਨ ਆਦਿਆਲੀਆ ਭੇਣ ਗੱਲ ਆਈ 3,000 ਫੌਜ ਜੋ ਮੇਰੇ ਅਕਬਰ ਦਾ ਕਾਤਿਲ ਆ ਗਏ ਬਲਾਉਣੇ ਯਾਰ ਬਲਾਉਣੇ ਜਿਹਨਾਂ ਹਾਇ ਕੀਤੀ ਅਲੀ ਦੀਦੀ ਰਾਜ਼ੀ ਹੋ ਗਈ ਨਾਵੀਂ ਦਰੀ ਰਹੀ ਲਾ ਸਫ਼ਰ ਚ ਨਾਵੀਂ ਦੀ ਰਾਤ ਔਖੀ ਰਾਤ ਬਜ਼ੁਰਗ ਮੇਰੇ ਸਾਹਮਣੇ ਮੌਜੂਦ ਬੈਠੇ ਨੇ ਮੇਰੀ ਗਵਾਹੀ ਦੇ ਬਜ਼ੁਰਗ ਜ਼ਾਕਿਰ ਬੜਦੇ ਨੇ ਦੀ ਔਖੀ ਰਾਤ ਹੁਸੈਨ ਜੇ ਸਾਬਿਰ ਚਾਰ ਸਹੀ ਤਕਸੀਮ ਕੀਤੀ ਆਖਰੀ ਸਭ ਭੇਣ ਦੇ ਕੋਲ ਜਿਹੜੇ ਕੜੀਅਲ ਜਵਾਨ ਬੈਠੇ ਹੋ ਨਾਵੀਂ ਦੀ ਰਾਤ ਦਮੀ ਤ੍ਰੀਏ ਬੇੜਾ ਕੋਲ ਆ ਕੇ ਜਨ ਹੁਸੈਨ ਸਾਡੇ ਅਕਬਰ ਕੋ ਆ ਖਜ਼ਾਨ ਸੁਣਾਵੇ ਸੈਦਾ ਦੇ ਮੇਰਾ ਸੋਹਣਾ ਬਚੜਾ ਅਜ਼ਾਨ ਸੁਣਾ ਅਕਬਰ ਆਖੇ ਅੱਲਾਹ ਅਕਬਰ ਅਲੀ ਦੀਆਂ ਦੇ ਮਾਇਆ ਕੁਰਾਨ ਬੰਦ ਕਰਾ ਮੇਰੇ ਅਕਬਰ ਦੀ ਆਖਰੀ ਅਜ਼ਾਨ ਸ਼ਾਬਾਸ਼ ਬਲਾਉਣੇ ਯਾਰ ਬਲਾਉਣੇ ਜਿਨਾ ਹਾਇ ਕੀਤੀ ਅਕਬਰ ਅਜ਼ਾਨ ਮੁਕਈ ਰਹੀ ਲਾ ਸਫ਼ਰ ਚ ਨਾਵੀਂ ਦਰੀ ਚੜ ਪਿਆ ਰਹੀ ਲਾ ਸਫ਼ਰ ਚ ਕਰਬਲਾ ਦੇ ਮੈਦਾਨ ਚ ਸੈਦਾਤ ਚ ਪਹਿਲਾ ਸ਼ਹੀਦ ਸ਼ਹਿਦਾਦ ਅਲੀ ਕੁਬਾਰੇ ਜੇ ਕੁਬਰਸ਼ੀ ਲੱਗੀ ਤੇ ਅਲੀ ਦੀ ਅੰਦੀਆਂ ਪੱਥਰਾਂ ਦਾ ਮਾਤਮ ਕੀਤਾ ਅਜਾ ਅਕਬਰ ਕੁਰਾ ਕਹਨੇ ਰੁਣੀਆਂ ਸ਼ਬੀਰ ਕਾਸਿਮ ਦੇ ਟੁਕੜੇ ਚੁਣ ਕੇ ਖਿਲਾਇਆ ਅਜਾ ਕਾਸਿਮ ਕੁਰਾ ਕਹਨੇ ਰੁਣੀਆਂ ਹੁਸੈਨ ਮਹਿਮਾਨਾਂ ਦੇ ਨਾਂ ਦੇ ਵੇਣ ਕੀਤੇ ਲਾ ਅਜਾ ਮਹਿਮਾਨਾਂ ਕੁਰਾ ਕਹਨੇ ਰੁਣੀਆਂ ਹੁਸੈਨ ਇਹੋ ਜਿਹਾ ਵੇਣ ਕੀਤੇ ਜੋ ਹਰ ਪਰਦਾਦਾਰ ਆਪਣੀ ਚਾਦਰ ਸੰਭਾਲੀ ਸਈਆ ਨੂੰ ਯਾਦ ਕੇ ਮਰਦੇ ਰਹਿ ਗਿਆ ਦੇ ਲੋਕ ਮੇ ਗਰੀਬ ਮੇਰਾ ਗਾਜ਼ੀ ਲੈ ਗਏ ਆਦੇ ਮੇਰੀ ਕਮਰ ਟੁੱਟ ਗਈ ਏ ਮੇਰੀ ਦੀਦ ਬਲਾਉਣੇ ਬਾਬਾ ਬਲਾਉਣੇ ਥੋੜਾ ਮੈਂ ਖੋਲ ਬਾਈ ਬਸ ਖਤਮ ਆਖਰੀ ਕੁਰਬਾਨੀ ਕਹਿੰਦੀ ਜਿਤਨੇ ਬੇ ਔਲਾਦ ਬੈਠੇ ਹੋ ਝੋਲੀ ਫੈਲਾਵੋ ਜਿਤਨੇ ਬੇਰਿਸ ਬੈਠੇ ਹੋ ਝੋਲੀ ਫੈਲਾਵੋ ਆਖਰੀ ਕੁਰਬਾਨੀ ਸ਼ਹਿਜ਼ਾਦ ਅਲੀ ਅਸਗਰ ਅਕਬਰ ਕੁਬਰਸ਼ੀ ਲੱਗੀ ਸ਼ਬੀਰ ਬਰਸ਼ੀ ਛਿੱਕੀ ਤੇ ਲੱਗਦੀ ਰਿਥੀ ਨਾ ਕਾਸਿਮ ਦੇ ਟੁਕੜੇ ਚੁਣੇ ਨੇ ਜਵਾਨੀ ਉਹ ਇੱਥੇ ਦੇ ਰਿਠੇ ਨੇ ਅਬਾਸ ਦੇ ਬਾਜ਼ੂ ਚੈਨੇ ਇਸ ਕਲਮ ਥੀ ਦੇ ਰਿਠੇ ਨੇ ਮੈਂ ਕੋ ਗਾਜ਼ੀ ਦੇ ਅਲਮ ਦੀ ਕਸਮ ਏ ਸ਼ਹਿਜ਼ਾਦ ਅਲੀ ਅਸਗਰ ਏਡਾ ਗਰੀਬ ਏ ਜਿੰਦਾ ਤੀਰ ਪਿਵਾਂ ਦਾ ਰਿਠੇ ਬਚੜੇ ਕੋ ਲੱਗਦਾ ਰਿਠੇ ਅਲੀ ਅਸਗਰ ਕੋ ਤੀਰ ਉਹ ਲੱਗੇ ਜਿਹੜੇ ਹੁਸੈਨ ਬਚੜੇ ਦਾ ਮੂੰਹ ਪਿਆ ਚੁੰਮਦਾ ਸਯਾਦਾ ਦੇ ਬਾਬੇ ਦੀ ਗੁਰਬਤ ਦੇ ਰਾਜ ਨਥੀ ਵੇ ਮੈਂ ਨਾ ਭਲਾ ਹੋ ਯਾਰ ਜਵਾਨੀ ਹੋ ਗਈ ਜਵਾਨੀ ਹੋ ਗਈ ਜਵਾਨੀ ਹੋ ਗਈ ਨੌਕਰ ਬਾਬਾ ਜੀ ਨੌਕਰ ਬਸ ਆਖਰੀ ਵੇਣ ਸ਼ਬੀਰ ਕੁਸੀਆ ਤੇ ਰਹੀ ਲਾ ਸਫ਼ਰ ਚ ਅਕਬਰ ਦੀਆਂ ਫੁੱਫੀਆਂ ਮਾਵਾਂ ਜ਼ੇਵਰ ਪਾਤੇ ਰਹੀ ਲਾ ਸਫ਼ਰ ਚ ਸਕੀਆਂ ਭੇਣਾਂ ਨੂੰ ਵੇਣ ਹਿੱਕ ਦੀ ਇਜਾਜ਼ਤ ਮਿਲੀ ਰਹੀ ਲਾ ਸਫ਼ਰ ਚ ਭੇਣਾਂ ਟੁਰ ਗਈਆਂ ਤੇ ਰਹੀ ਲਾ ਕਰਬਲਾ ਪਹੁੰਚੀ ਪੁੱਤਰ ਵਾਲੇ ਪਾਸੇ ਦੇ ਕੇ ਆ ਦੇ ਮਾਮਲ ਬਿਲਾ ਖੇਮੇ ਲਾਈ ਤਾਂ ਕੋਈ ਵੱਡਾ ਤਾਜੇ ਰੇ ਬਲਾਉਣੇ ਯਾਰ ਬਲਾਉਣੇ ਬਾਬਾ ਜੀ ਮਾਮਲ ਬਹਿ ਗਏ ਖੇਮੇ ਲੱਗ ਗਏ ਆਦੇ ਮੇਰਾ ਸੋਹਣਾ ਮਚੜਾ ਮੈਂ ਜ਼ਈਫਾ ਮੈਂ ਤੁਰਨਾ ਸੰਗਦੀ ਮੈਂ ਖੇਮੇ ਚ ਬਹਿ ਕੇ ਇੰਤਜ਼ਾਰ ਕਰੇਨੀ ਹਾਂ ਵੰਜ ਵੱਡੇ ਤਾਜੇ ਨਾਲ ਗੱਲ ਕਰ ਜ਼ਈਫਾ ਮਹਾਓ ਦੀਆਂ ਤਰਾਏ ਗੱਲਾਂ ਯਾਦ ਰੱਖੇ ਇੱਕ ਤਾਂ ਵੱਡੇ ਤਾਜੇ ਨਾਲ ਉੱਚੀ ਗੱਲ ਨਾ ਕਰੇ ਵੀ ਆ ਆਖੀ ਚੱਖ ਨਾ ਪਾਵੇ ਤ੍ਰਿਜਾ ਕੀਮਤ ਤੈਅ ਨਾ ਕਰੇ ਜੋ ਮੰਗੇ ਤੇ ਦੇ ਦੇਵੇ ਹੋ ਅਦੇ ਮਗਰ ਮੀ ਡਾਡੀ ਆਖੇ ਦਰੀ ਲਹਣ ਦੇਵਾਂ ਅਦੇ ਮੇਰਾ ਸੋਹਣਾ ਬਚੜਾ ਮਤ ਵੱਡਾ ਤਾਜੇ ਸਾਡੇ ਇੰਤਜ਼ਾਰ ਨਾ ਕਰੇ ਆ ਭਾਵੇਂ ਜੀ ਰਹੀ ਲੱਦ ਪੁੱਤਰ ਤੁਰੇ ਆ ਥੋੜ੍ਹੀ ਜਿਹੀ ਦੇਰ ਗੁਜ਼ਰੇ ਰਹੀ ਲਾ ਕਿਆ ਨਿਠੇ ਆ ਰਹੀ ਲੱਦ ਪੁੱਤਰ ਦਾ ਮਾਮਾ ਖੁੱਲ ਕੇ ਗੱਲ ਚ ਆਏ ਹੋਏ ਆ ਪੇਰੇ ਨਲੈਨ ਕੋਈ ਨਹੀਂ ਮਾਂ ਦੇ ਕੋਲ ਆਖ
چڑھے آ ماں پتر دے گل چ ماں پا کے اجے رو نہیں آ رب دے لو لٹے رہے ہونے نا لٹ کے جنے کوئی گل نہیں کتنے ملک جڑے میرے مکروز ہیں نا اگر بندے تاجر جھنک نہیں کہ میں کنا اللہ میں بندے تاجر نال گل کرے دیا او جوان ماں دے قدموں تے جھڑ پیا ماں دے کو ہاتھ بن گیا دے ماں بلا بندا تاجر رسنے او اے دا غریب اے اودا کفن کوئی نہیں او اے دا غریب اے اودی لاش دھوب دے کفن ہی کوئی نہیں ایک قبر حسین تے میرے ہاتھ اگر تیرے وین اتنے بلند نہ ہوندے میں ممبر بھرا دے حوالے چکر تے وین کیتے تے ہک وین سنے نا زندگی دا پتا کوئی نہیں کفن دا نام ہے وظیفہ جلدی دے نال کفن چاہے اتھے یہ جتا غریب دی لاش دھوتے پئی ائی قدماں تے ہاتھ رکھ کے تے بول اگر وہ حسین تے میں کفن گلئی شاباش شاباش بلا اونے سیدہ دے سنیان میں اوہ حسین آدھے مولا کلمہ پڑھا کلمہ دے بعد آدھے مولا پڑھی مانا سمال سیدہ تیرا مہمان حسین دا جاکر ہاتھ با دکھنا بیا کوئی ہے کرے نہ کرے اگر اتنے پیڈارش کے مومن دی چار سالن دی دیئے تا ہے ضرور کرے امانا دا نام ہے سیدہ دے اممہ کو اکشات عبادہ پورا کی دے لیکن میں کفن نہ پہنا آدھے کفن کیوں نہیں پہنا سیدہ دے امام جاندا معاشر دے میدان چ میری دھی میلے چولے نال اٹھی سی جن دی دھی دا کفن نہ ہوئے ان دا پیو کفن حوصلہ تھوڑی مدد کر بھائی میں کھول میں ایک آواز کوئی نہیں ختم چلو میں مات مالا وین پڑی میں جڑے وین دا بار بار جوانا دا حکم ہوندے بابا جی رہیلا کوشش دا ہکو مصرا پڑھنا رہیلا کوشش کیجیے جو غریب کو کفن پواما غریب دی لاش تڑپیے روکیا دے نا کفن پاوا میں بے کس کو ایا منت غریب تے لاوے ہا میری بھیڑا سکھدیاں ٹر گئی توڑی تو دا وین سونا بھلا ہوئی بھلا ہوئی کرو ہاتھ کھڑا جڑے ہلکے دماغ میں ہو کرو ہاتھ کھڑا جڑے ہلکے دماغ میں ہو ماشاءاللہ پورا پنڈال ہلکے دماغ میں ہے تے کو اکبر دی جوانی دا واسطے ہے تے کو قاسم دے ٹکڑاں دا واسطے ہے ہن روون آوے تماں تمی جے تیری دھرتی دے تا آیا بابا جی اکبر دا بابا کے ویلے سجے طرف دے کے ویلے کھبے قدماں تے ہاتھ رکھ کے دے مولا مر ونجن دے بعد روندا کیوں ہے اکبر دا بابا دے میں کوئی اک درد جڑا نہ بھول سی رہیلا دے کیڑا درد نہ بھول سی رو کے آ دے او میری دھی کوش میر مرے دا رہے او کو گھوڑیاں نال بھجے نہ